ਇਹ ਤਾਂ ਭੈਣ ਦਾ ਯਾਰ ਨੇ ਕੰਮ ਹੀ ਨਹੀਂ ਕਰਿਆ ਕੁਛ ਨਾ ਲੱਗਦਾ ਭੈਣ ਦਾ ਯਾਰ ਜੋਗੀ ਲਾ ਗਿਆ ਚੇਪੀ ਮੈਨੂੰ ਆਏ ਹੋਏ ਭੁੱਖੀ ਵਾਲੇ ਪੈਸੇ ਵੀ ਲੈ ਗਿਆ ਮੈਥੋਂ ਤਾਂ ਇੰਨਾ ਮੇਰਾ ਸਾਰਾ ਹੁਣ ਤੈਨੂੰ ਮੈਂ ਲਾਊਂ ਕੁਛ ਲੈ ਵੀ ਭਾਗੂਗਾ ਤੇਰੇ ਕਰਮਾ ਚ ਤੇਰਾ ਰੱਬ ਨੇ ਲੱਗਦਾ ਆ ਤੂੜੀ ਟੋਕਰੇ ਮੈਸੇ ਲਿਖੀਆਂ ਨੇ ਪਤਾ ਨਹੀਂ ਰੱਬ ਦੇ ਕੀ ਮੈਂ ਭੁੱਲ ਕੇ ਬੀਜੇ ਤੇਰੀ ਭੈਣ ਨੂੰ ਭੈਣ ਨੂੰ ਬੰਬੋਏ ਹਾਏ 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 ਤੜਕੀ ਤੜਕੇ ਭਰੀਆਂ ਦੇ ਦਰਸ਼ਨ ਨਹੀਂ ਨਹੀਂ ਮੈਨੂੰ ਲੱਗਦਾ ਮੈਂ ਫੇਰ ਸੁਪਨੇ ਲਈ ਜਾਂਦਾ ਫੇਰ ਛੇਤਰ ਕਹੂੰ ਸਾਡੇ ਵਾਲੇ ਤੋਂ ਐਕਸਕਿਊਜ਼ ਮੀ ਇਹ ਤਾਂ ਜਿਉਂਦਾ ਓਏ ਨਾ ਭਾਈ ਮੈਂ ਤਾਂ ਭਾਈ ਭਾਗੂ ਹਾਂ ਨਹੀਂ 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 ਮੇਰੇ ਕਹਿਣ ਦਾ ਮਤਲਬ ਇਹ ਬੱਬਲ ਦਾ ਘਰ ਆ ਕਿਉਂ ਬੱਬਲ ਸਾਲਾ ਲੱਗਦਾ ਭਾਈ ਸਾਡਾ ਹੈ ਆ ਘਰ ਭਾਈ ਮੇਰਾ ਹੈ ਸਾਡੇ ਦਾਦਿਆਂ ਪੜਦਾਦਿਆਂ ਦਾ ਮੇਰੇ ਨਾਲ ਉਹਦੇ ਰਜਿਸਟਰੀ ਬੋਲਦੀ ਆ ਘਰ ਦੀ ਬੱਬਲ ਦਾ ਘਰ ਆ ਨਾਲੇ ਹੋਰ ਦਾ ਇਹ ਪਹਿਲਾਂ ਖੇਤ ਫਰੀ ਗਿਆ ਵੱਟਾਂ ਵੱਢਦਾ ਹੁਣ ਘਰੇ ਦੀ ਕਬਜ਼ੇ ਕਰਾਉਣ ਲੱਗ ਗਿਆ ਹੈ ਮੈਨੂੰ ਲੱਗਦਾ ਮੈਂ ਕਿਤੇ ਗਲਤ ਘਰ ਆ ਗਈ ਹਾਂ ਫੋਨ ਕਰਾਂ ਨੰਬਰ ਵੀ ਨਹੀਂ ਲੱਗਦਾ ਪਿਆ ਰਿਸ਼ਤੇਦਾਰ ਤਾਂ ਲੋਕਾਂ ਦੇ ਆਉਂਦੇ ਨੇ ਓਏ ਕਿੰਨੇ ਕਿੰਨੇ ਸੋਹਣੇ ਹਾਂ ਮੇਰੇ ਸਾਲੇ ਸਾਡੇ ਤਾਂ ਕਦੇ ਜੋਗੀ ਆ ਗਿਆ ਕਦੇ ਮੇਰੇ ਹਾਲੇ ਤੜਕੇ ਕੋਈ ਚਾਹ ਮੰਗਣ ਨਾਲ ਆ ਗਿਆ ਖੜੀਚੋ ਦਾ ਕੋਈ ਪਰਚੀ ਕੱਟਣ ਨਾਲ ਆ ਗਿਆ ਨਹੀਂ ਲੱਗਦਾ ਪਿਆ ਸੋਰੀ ਜੀ ਮੈਨੂੰ ਲੱਗਦਾ ਮੈਂ ਗਲਤ ਕਰੇ ਆ ਗਈ ਹਾਂ ਕੋਈ ਨਾ ਭਾਈ ਕਮਲ ਬੱਬਲ ਮੈਂ ਯਾਰ ਕਦਾ ਫੋਨ ਟਰਾਈ ਕਰਦੀ ਪਈ ਹਾਂ ਕਿੱਥੇ ਸੀ ਇੱਥੇ ਤਾਂ ਲਾਈਟ ਹੀ ਨਹੀਂ ਆਉਂਦੀ ਯਾਰ ਮੈਂ ਫੋਨ ਟਰਾਈ ਕਰਦੀ ਪਈ ਨਾਲੇ ਕਹਿੰਦੀ ਪਈ ਬੱਬਲ ਦਾ ਘਰ ਬੱਬਲ ਦਾ ਘਰ ਆ ਓਹੋ ਕਮਲੀਆ ਮੈਨੂੰ ਇੱਥੇ ਬੱਬਲ ਨਹੀਂ ਪ੍ਰੀਤ ਕਹਿੰਦੇ ਨੇ ਬੱਬਲ ਤਾਂ ਮੈਨੂੰ ਪੇਕਿਆਂ 'ਚ ਕਹਿੰਦੇ ਨੇ ਚੱਲ ਭਾਈ ਆਹ ਕੌਣ ਹੈ ਕੁੜੀ ਹੈ ਆਹ ਮੇਰੀ ਲੁਧਿਆਣੇ ਵਾਲੀ ਭੈਣ ਅੱਛਾ ਤਾਂ ਫਿਰ ਰਿਸ਼ਤੇਦਾਰ ਨਹੀਂ ਸਤਿ ਸ਼੍ਰੀ ਅਕਾਲ ਭਾਈ ਇਹਦਾ ਰਿਸ਼ਤੇਦਾਰ ਨਿਕਲੀ ਸੋਰੀ ਹੈ ਨਾਲੇ ਭਾਈ ਤੂੰ ਖਾਲੀ ਇੱਥੇ ਆ ਗਈ ਹੈ ਸਾਡੇ ਤਾਂ ਕੋਈ ਪ੍ਰਾਹੁਣਾ ਧਰਨ ਆਉਂਦਾ ਕੁਛ ਲੈ ਲੂ ਕੇ ਆਉਂਦਾ ਹੈ ਨਾ ਭਾਈ ਮੈਂ ਲੈ ਕੇ ਆਈ ਹਾਂ ਲੈ ਕਾਲੂ ਅੰਦਰ ਆਈ ਤੁਹਾਡੇ ਪੈਰੀ ਪੂਰੀ ਹੱਥ ਲਾਉਣ ਦਾ ਰਵਾਜ਼ ਨਹੀਂ ਭਾਈ ਜਦੋਂ ਕੋਈ ਨਹੀਂ ਮੁੜੂੰਗਾ ਲਾ ਦੂੰਗਾ ਕੋਈ ਨਹੀਂ ਜੀ ਅੱਜ ਕੱਲ੍ਹ ਦੇ ਜਵਾਕ ਇੱਦਾਂ ਦੇ ਹੁੰਦੇ ਆ ਕੱਲ ਜੁਗਾ ਹਾਂ ਭਾਈ ਕੱਲ ਜੁਗਾ ਜਾਓ ਭਾਈ ਲੈ ਜਾ ਭਾਈ ਪ੍ਰੀਤ ਅੰਦਰ ਲੈ ਜਾ ਇਹਨੂੰ ਹਾਏ ਇੱਥੇ ਰੱਖ ਹਾ ਹਾ ਹੁਣ ਖੁੱਲਿਆ ਭਾਗ ਉਹ ਤੇਰੇ ਭਾਗ ਬੱਗੋ ਦਾ ਭੱਜ ਗਈ ਧੋਖਾ ਦੇ ਕੇ ਤਾਂ ਮੇਰਾ ਸਾਰਾ ਬਾਹਮਣ ਲੈ ਗਿਆ ਠੱਕ ਕੇ ਇਹਨੂੰ ਨਹੀਂ ਮੈਂ ਜਾਣ ਦਿੰਦਾ ਪਰ ਮਾਲਦਾਰ ਛੜਾ ਸਾਰੇ ਘਰ ਦੀ ਕਬੀਲਦਾਰੀ ਇਹਦੇ ਹੱਥ 'ਚ ਹੈ ਐ ਕਰ ਭਾਈ ਪ੍ਰੀਤ ਕਰੜੀ ਜੀ ਚਾਹ ਬਣਾ ਕੇ ਦੇ ਦੇ ਇਹਨੂੰ ਦੋਨਾਂ ਨੂੰ ਹੈ ਦੂਰ ਤੋਂ ਆਏ ਨੇ ਮੈਂ ਇਹਨੇ ਕੋਈ ਖਾਣ ਖੂਨ ਨੂੰ ਪਾ ਲਿਆ ਉਹ ਦੁਕਾਨ ਤੋਂ ਹੈ ਬਸ ਕੋਲ ਮਸਤਰ ਲਿਆ ਦੇ ਲੋ ਭੁਜੀਆ ਭਜੀਆ ਠੀਕ ਉਹ ਕਿੱਧਰੇ ਆ ਨਾ ਕਿਉਂ ਚੀਜੀ ਦੇ ਵਾਲਿਆ ਰਿਸ਼ਤੇਦਾਰ ਦੀ ਇੱਜ਼ਤ ਉੱਜ਼ਤ ਕਰ ਲਿਆ ਕਰੋ ਚੁੱਪ ਕਰ ਕਾੜੂ ਕੋਈ ਨਾ ਭਾਈ ਆ ਜਾ ਜਵਾਬ ਆ ਜਾ
आजा मेरे वाल। टिया सरीफी दिया जो जटने दिन सारा मंगून कितने कटने आ की को चक्की फिर तेरी साली आई हुई है लुधियाने तो हूँ केड़ी आ गई कमल बड़ी साली तेरी कंचर दिया था तेरी बहू नाल भी सोहनी है मां लगती है तू बारे भाग जा पुत बारे भाग जा मेरा साले हूँ ये गल तोर ले मेरी किसी नु बख्स दे तू किसी नु बख्स दे भाएं रिश्तेदार बाद चो करे पहला तू रख लिया कर रख उते खड़ते पहला मैं चेक कर लगे जा फिर पर मैं रिश्ते बारी गल करता होर थोड़ू करता चंगा ले जस्सा भी आ गया की हाल है साली किवें बस ठीक है बजा बजा बढ़िया 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 कदों आई थी बस हुणी 10 मिनट हो गए कदों जाना फिर ले हुण ते आके बैठी है हुणे ही कदों जाना ओ मैं ता मजाक करदा थी साली नु होर फिर साली कल्ली आ गई है ना मैं बग्गो नु पुछया सीगा ओ तां मणाई कर गई अच्छा की गल कोई गल होई सी ना ना साले गल ता की होनी है कोई गल नहीं होई ले दस दे की गल होई है अंदर बागी तूड़ी आले च गाह गूरा सेट कराउण लग गई ओ कि ला गया होना मतलब मुंह मत्था जा कोई बस ओ करके बागी बेचारी होर तां कुछ नहीं गल होई मकलावा दस दे कानू साली मैं दसदा हूं तेन फिर कहेगी जीजा दसदा नहीं जो कोई सप मूह मां जहा ला गया साडे आले लवेती मणका उहदा भाई कित अंदर जाके मणका लाता साडे ने उहनू कित कोई नहीं सूट करिया होना मणका नहीं फिट बैठा होना कोई दर्द दुर्द कर लग गया होना बस उहदा भाई लग गई फिर मतलब रुस के बाकी आही गल होई होर कोई गल नहीं हैगी चल चंगा साली तुसीं करो गल्लां मैं तां सन्नी जी दा टाइम हो गया ले पैण हुण तैनूं मैं सही गल दसदी आं मणके वाली तों पहले तां जुत्ती ला ले उपर आ जा ले हुण सुन बग्गो उरे 4-5 दिन रहण वास्ते आई अच्छा आ जिहड़ा मेरा जेठ है ना छड़ा आ तां हत्थ धो के पिछे पै गया उहदे होए होर कहिंदा मेरा बग्गो नाल विआह करा छू ले दस बग्गो कल दी जवाकड़ी है इह तां सारा धोला दाड़ा होया पिया तूं आप दस है शर्म नहीं हैगी बस तू हुण सोच ला एक साल हो गया ने सानू तपाया होया कदे तां इहदे च चित्रगुप्त आंदा इहो जिहे ड्रामे करे ने तां कदे इहदे च धर्मराज आंदा छू साडी तां ने मत मारती बग्गो नूं भजा के हटिया लै भैणे आ हत्थ बन्ने तेरे मुड़े हुण तू भी मर जा बच के रही तो ना किवें बंब डेक दूं आ देखी आ जुत्ती आ जुत्ती तां मैं तेरी देख ली तू इहनूं नहीं देखिया इह तां बड़ा बैवती आ ਲੈ ਮੈਂ ਕਿਵੇਂ ਮਾਰ ਮਾਰ ਕੇ ਸਿਰ ਗੰਜਾ ਕਰ ਦੂੰ ਇਹਦਾ ਆਇਆ ਵੱਡਾ ਬਸ ਆਪਦਾ ਧਿਆਨ ਰੱਖੀ ਮਰਦਾ ਅੱਛਾ ਤੂੰ ਬਹਿ ਮੈਂ ਤੇਰੇ ਵਾਸਤੇ ਚਾਹ ਪਾਣੀ ਲੈ ਲਿਆ ਹੋਰ ਭਾਈ ਰਾਜੂ ਕਿਵੇਂ ਹੈ ਵਧੀਆ ਇੱਕ ਐਂ ਕਰ ਕੋਈ ਵਧੀਆ ਜਿਹੇ ਬਿਸਕੁਟ ਦੇ ਦੇ ਅੱਛਾ ਇੱਕ ਦਾਲ ਭੁਜਿਆ ਦੇ ਦੇ ਰਿਸ਼ਤੇਦਾਰ ਆ ਰਹੇ ਨੇ ਭਾਈ ਘਰੇ ਲੈ ਤਾਇਆ कल दी खंग हो रही है बहुत ज्यादा डॉक्टर ने बंद किया था मासी तू इन कहती सी मालदार छड़ा टट्टू आ 5 रुपए लिकड़े थे वो भी पाटे हुए
क्या झूठ बोली जाना वे तेन मैं खवाई देगी टॉफी उठे छड़ी जी खवाई दी 5 रुपए दी भी जाए कर कालू तेरी मासी तो बिस्कुट बिस्कुट खा ला भुजिया भजिया खा ला भाई बहुत तेज है जवाक तेरा है शहरों में जवाक तेज ही होंगे ने होर भाई तड़की चल पी भाई है तू पहली बस चल भाई आ मिलना गिलना तो भाई जरूरी है भैन भाइयों ने मिलना होंगे है ये भाई थुक तक ला लगा रड़की बेहा उठ के निरने कल जी ये तो भाई दद जी हो रही है ये मेरे भी हो गई थी भाई पहला मैं तो तड़की बेहा थुक ला लाने ठीक हो गई थी टैटू कहते अच्छा भाई ये कोई सरकार वालों स्कीम स्कूम आई है कोई थोड़े दिन चन्नी फिरता थी लुधियाने च मैं तो कोई स्कीम स्कूम देगा है फैशन है ये फैशन शहर का अच्छा अच्छा मेले मूले च बना दी भाई ये नहीं जी आप भाई साढ़े वेले तो मेले मूले च ही बना लेते हैं असं भी पट पुट दे जो कौडी वाडी खेलते थे उदो मोरनी मारनिया पवा लेंगे थोड़े भाई मैसा बहुत देने उधर मैं लेके आना लुधियाने तो कई बार मैं भाई व्यापार करता मैसा सा छोटा खेती फड़ी देख लेंदा वो आपका काम करी जाना भाई मैं आपका व्यापार चला रखे मैं हूँ नवा सैकल कढ़ा के लिया हीरो क्लीयर लग्या है उत्ते है नाले एक टेलीविजन लिया रंगील है हथने 7 बजे ना रंगो रंग प्रोग्राम चल रहा चित्रहार है और भाई साधन सूधन हौली हौली घर दे आप ही बन जाएंगे चलो भाई जिवें हैगा देखी जाऊगी आ लो भाई साहब चाह हाँ इत्थे बह के पी लांगे भाई सारे आपां चाह है पूरी लियो तुसी पियो असी सौ गल करनी हुंदी आ कमल आपां नाले अंदर चाह बह के पीओ तुसी ना मेरे साले कोई भैन चोद मेरी गल बन पत्तन लगन दियो चौदह कहो जहा तू ए हो गया की कहंदा सी ए भैने कोई मज्जां मुज्जां दा व्यापार करदा सुआह करदा मज्जां दा व्यापार आ सड़ियां दियां 2 कट्टियां खरीदियां पिंड चों सारे पिंड दा गंद साडे घरे बाड़दा देखिया लग गया ना ठरक भोरन हाले तो तू देख दी जा तेरे सामने केड़े केड़े व्यापार करदा एवें ना किते इहदी गल्लां च आ जी आउंदी इहदियां गल्लां च मैं जस मैनू लगदा बग्गो वाला काम ना हुण कमल नाल भी हो गया इहदे किते मूंह लाता हुणा वे मूंह नहीं लाया ओह अपना बड्डड़ है ना बड्डड़ हां ओह ठरक भोरन लग गया इहदे नेड़े भी ਇਹਦੇ ਵੀ ਹੋਰ ਕਦੇ ਕਹਿੰਦਾ ਮੈਂ ਮੈਸਾਂ ਦਾ ਵਪਾਰ ਕਰਦਾ ਕਦੇ ਕਹਿੰਦਾ ਮੈਂ ਸਾਈਕਲ ਲੈ ਕੇ ਆਇਆ ਕਦੇ ਕਹਿੰਦਾ ਮੈਂ ਟੀਵੀ ਲੈ ਕੇ ਆਉਂ ਮੈਂ ਕੀ ਕਰੀਏ ਮੇਰੀ ਗੱਲ ਸੁਣ ਹਾਂ ਜਦੋਂ ਤੱਕ ਕਮਲ ਇੱਥੇ ਆ ਨਾ ਇਹਨਾਂ ਤੇ ਆਪਾਂ ਪੂਰੀ ਨਿਗਾਹ ਰੱਖਣੀ ਆ ਇਹਨਾਂ ਨੂੰ ਇਕੱਠੇ ਨਹੀਂ ਬਹਿਣ ਦੇਣਾ ਹਾਂ ਮੈਂ ਤੇਰੀ ਭੈਣ ਤੇ ਨਿਗਾਹ ਰੱਖੂ ਕੀ ਮਤਲਬ ਤੇਰਾ ਨਹੀਂ ਐ ਨਹੀਂ ਮਤਲਬ ਮੈਂ ਤੇਰੀ ਭੈਣ ਤੇ ਨਿਗਾਹ ਰੱਖੂ ਤੂੰ ਆਪਣੇ ਵਾਲੇ ਦੇ ਬੱਡੜ ਤੇ ਰੱਖੀ ਕਿਉਂ ਮੈਂ ਕਿਉਂ ਰੱਖਾਂ ਤੂੰ ਆਪਦੇ ਭਾਈ ਤੇ ਨਿਗਾਹ ਰੱਖ ਮੈਂ ਆਪਦੀ ਭੈਣ ਤੇ ਨਿਗਾਹ ਰੱਖੂ ਰੱਖ ਲੈਣ ਦੇ ਥੋੜੀ ਹੀ ਰੱਖ मैं तो सुधर जा तू आप दे भाई ते निगाह रखी मैं आप दी भैन ते निगाह रखूं चल रख लांगे पर आप इकट्ठे नहीं होण देना ठीक है पक्का हां नहीं दा बेइज्जती करूं नाले मैनूं पता लग गया ने तेरी भैन ता हैगी भी मुंह फट जाएगी होर बग्गो नूं तां मैं किसी तरह चुप भी कराता सी एदी तां जवान भी पाटी हुई आ एन तां मैं चुप भी नहीं करा सकदी एने तां सारे जे कोई ऊंच नीच होगी ना सारे रिश्तेदारां च पंडी पिट देणी आ सही गल चल कोई ना आपां निगाह रख दिया ठीक आ हां चल चंगा बबल बबल किथे गई ओ तां भाई आ जामा लैण गई है गवांडियां दे तड़के दही दूही जवाउण वास्ते
अच्छा जी काम दी पाई कोई नहीं बस मैं इदा ही पूछ रही सी अच्छा अच्छा आ जा भाई मैं तन्नू मैं संधा मारी मैं साले खरीद के चलो आ जा और भाई इथे बेली की करेंगी तू आ जा आ जा भाई आ जा आप ही तीजे सूए है हरी मैं सा इधर ना रानों रखे हैं इसने अच्छा हाँ ये काप ही मेरे ही सिद्धि मैं से है ओ वाह दो चोटियां होन लिया ने ओ नमे दूध होना लिया रिंग दिया है ना ओ अथन तड़के नमे दूध हो जुगी पाई चल दूध डाल जुगी है आप मशीन है कपाई मेरे ही सिद्धि ये भी मैं नमी ली थी है ये बहुत अड़ी मशीन है पाई ये पखो के इंच की मशीन बनी है पुरानी है रुग चाहे इन्ना ला दे चरी का दाड़ देने मार दिया बाहर कट के होर आओ एक इंजन है आ रेड़ा भाई साधन तो सारा है मेरे घर है पर भाई हूँ ए देखी भी काम का भी कोई नहीं है हैं साला जो कोई अगे पिछे हो कदर भी पैजे हैं क्यों है तो ताड़ा ओए कानू है भाई हो है वह ब्याह बर गया है वह तो दोए जी तत्तियां लाउंदे ने तत्तियां ही खांदे ने है हुण छड़े छड़ा के बंदे ने भाई कौन पुछदा है जे जी देंदे ने रुखी मिस्सी खा लैंदा मैं तां है छड़ा बंदा तां घर दा चौकीदार आ भाई राखी हुंदी है मैं तां राखी दी हुण इहदी ते भाई थोड़े घर च कौन कौन रहिंदा जी है किन्ने कु जी रहिंदे घर च तुसीं भाई मैं तां मैं मेरा कालू की गल भाई तेरे घर वाले रहिंदा नाल तेरे ओ जी है नहीं हुण बहुत माड़ा होया भाई है माड़ा होया चंगा होया चिट्टा जिहड़ा चिट्टा नहीं हुंदा आ चिट्टा पी पी मैनू कुटदा सी चंगा होया चला गया हुण सुख दी रोटी तां खानी आ इत्थे तां भाई तेरी गल सही आ चट्टे चुट्टे जे जिहड़े अजकल चलदे ने जहरां ने भाई नरियां है इह तां बच के रहे इंसान है हुण भाई औखा ही हो तैनूं कल्ली नूं तां है रहिणा रहिणा सहिणा दवार दूर ब्याह वो कोई किराया नहीं पाई कोई लब्बे तो सही मैनू चौड़ जी वाली कर दी है पढ़न जा लाई दो चार बार लांबा लूंबा जा गया मैं कहते कंजर का भज भुजना जाए किसी फिर भाई असी इहदा तां तोपा भरता महा चल कोई ना भाई मैं तां दे देणगे रोटी ठीक है नहीं तां ना सही हुण भाई इह आदा वाली भी देख लो चिट्टी आण लग गई ओए तां सौरीए उई आउण लग गया नजले जखाम जे करके चिट्टे चार कबाल आ जांदे ने मैं साडी बूरी मैं इहदा दुध कढ के पूरे दा पूरा कौला पी जाना ऐ सड़ूक जाना है इहना च की अजकल जान च पान तां है नहीं उमर की है तुहाडी उम्र तो कुछ नहीं पाई खास कुछ अही होगी पैंती पुंती साल की चाली साल के लगभग उम्र अमर की है भाई बंदा स्याणा होना चाहिए कबीलदार होना चाहिए है उम्र अमर की रखे अजकल तुम माड़े जा भाई प्रीत प्रूत न कहो कहते भी कदा मेरे तो घुंड कढ़ के रखे करे है ये सॉरी घुंड नहीं कढ़ती है बड़ा भाई फिर भी है माड़ी मोटी इज्जत करे करे घुंड कंड दी है नाले जसे नूं प्रीत नूं कहे इन्हां दी कोई रिश्तेदारी च आसे पासे अंगली संगली च कोई साक संबंधियां च कोई ना कोई बंदा हाले कमारा ही तुरिया फिरदा कोई ना कोई छड़ा तुरिया फिरदा हुंदा नाल तां भाई तेरा रोटी दा हल होजूगा नाले भाई अगले दा होजूगा है होर आ जा भाई मैं तैनूं होर दिखा के लियावां साडे तूड़ी बहुत पई आ कमरे च आ जा हाँ दस अठ दस किले दी इकट्ठी तूड़ी करवा ली सी तां हुण ओए ओ हेलो किधर तूड़ी खांदियां ने तारा फीड़दी ਇਹ ਤਾਂ ਮੈਂ ਇਹਨੂੰ ਦਿਖਾਉਂਦੀ ਵੀ ਸਾਡੇ ਤਾਂ ਭਾਈ 5 ਕਿੱਲੇ ਤੂੜੀ ਇਸ ਤਰ੍ਹਾਂ ਬਣਾ ਕੇ ਇਕੱਠੀ ਹੋ ਅੰਦਰ ਬਰਾਂਡੇ 'ਚ ਪਾ ਦਿੰਦੇ ਲੱਗ ਦੇ ਤੂੜੀ ਦੇ ਤੈਨੂੰ ਪਤਾ ਬੱਗੋ ਦੇ ਨਾਲ ਇੱਥੋਂ ਹੀ ਲੜਿਆ ਸੀ ਤੈਨੂੰ ਮੈਂ ਕਿਹਾ ਸੀ ਨਾ ਜਾਈ ਉਹ ਸਾਲੀਏ
ਹਰਜਾ ਹਰਜਾ ਤੂੰ ਫਿਰ ਸੇਰੀ ਜੇ ਤੁਸੀਂ ਕਹਿੰਦੇ ਹੁੰਦੇ ਜੇ ਫਾਰਮਰਸ ਨੇ ਗਲਤ ਕਰ ਦਿਆ ਅਗਰ ਸੋ ਹੋਰ ਇਹਨੂੰ ਅੰਦਰ ਲੈ ਜਾ ਬਾਈ ਅੰਦਰ ਲੈ ਜਾ ਇਹਨੂੰ ਲੈ ਜਾ ਓਏ ਟਰ ਜਾ ਬਈ ਹੱਥ ਬੰਨੇ ਤੇਰੇ ਮੂਰੇ ਟਰ ਜਾ ਅੰਦਰ ਕਿਹੜੀਆਂ ਖੁੰਬਾਂ ਲਾਈਆਂ ਹੋਈਆਂ ਨੇ ਤੇ ਤੂੜੀ ਤੇ ਜਿਹੜੀਆਂ ਦਿਖਾਉਣਾ ਕਰਦਾ ਹੈ ਓਏ ਕਹਾਣੀ ਤਾਂ ਤੇਰੇ ਕਈ ਸਹੁਰੇ ਸੂਰੀ ਜਾ ਕੇ ਰਹਿ ਨਾ ਕਹਦੇ ਵੀ ਮਲੰਗ ਦੇ ਕੁਛ ਹੈ ਨੀ ਮੈਂ ਤਾਂ ਦਿਖਾਇਆ ਦੀ ਭਾਈ ਵੀ ਤੁਹਾਡੇ ਜੱਸੇ ਕੋਲੇ ਆ ਦੇਖ ਲੈ ਕਿੱਡਾ ਵੱਡਾ ਘਰ ਹੈ ਕਿੰਨੀਆਂ ਮਾਈਸਾਂ ਨੇ ਅੱਛਾ ਉਹ ਤੂੰ ਮਸ਼ੀਨ ਉਹਦੀ ਅੱਛਾ ਆਪਾਂ 5 ਕਿਲੋ ਅੰਦਰ ਭੈਣ ਜੋ ਭਰਤਾ ਉਹਨੇ ਤੂੜੀ ਦਾ ਹੈ ਅੱਛਾ ਮੈਂ ਤਾਂ ਉਹਨੂੰ ਦਿਖਾ ਲਈ ਵੀ ਕਿਤੇ ਇੱਥੇ ਜਾ ਕੇ ਤੇਰੀ ਹੇਠ ਨਾ ਕਰਦੇ ਅੱਛਾ ਦਿਖਾ ਦਾ ਆਹੋ ਦਿਖਾ ਤਾ ਮੈਂ ਹੁਣ ਨਾ ਦਿਖਾ ਦੀ ਤੁਹਾਡੇ ਜੱਛੇ ਲੈ ਵੀ ਕੀਨੇ ਮਸ਼ੀਨਾਂ ਦਿਖਾਉਂਦਾ ਫਿਰਦਾ ਕਿਧਰੇ ਨਾਲੇ ਕੁਛ ਵੱਡਾ ਮਹਾਰਾਜਾ ਭੂਪਾ ਹਾਂ ਮੈਨੂੰ ਪਤਾ ਬਾਹ ਹੰਡਣਾ ਤੂੰ ਗੱਲ ਤਾਂ ਤੋੜ ਕੇ ਦੇਖ ਲਾ ਮੰਨ ਜੂ ਮੈਂ ਤਾਂ ਤੋੜਦਾ ਨੀ ਯਾਰ ਮੇਰੀ ਗੱਲ ਸੁਣ ਮੈਂ ਗੱਲਾਂ ਗੱਲਾਂ ਚੀਜ਼ ਰਾਮ ਚ ਲੈ ਲਈ ਦੀ ਮੈਂ ਇਹ ਗੱਲਾਂ ਗੱਲਾਂ ਚੀਜ਼ ਘਰ ਵਾਲਾ ਮਰਿਆ ਤੇਰਾ ਸਾਡੂ ਮੁੱਕਿਆ ਹੋਇਆ ਇਹ ਵੀ ਔਖੀ ਆ ਵਿਚਾਰੀ ਹੈ ਉਹ ਇਹਦੇ ਸਿਰ ਤੇ ਵੀ ਤੈਨੂੰ ਗੱਲ ਪੁੱਛਣੀ ਇੱਕ ਜੇ ਦੱਸੇਗਾ ਉਹ ਜਿਹੜਾ ਚਾਦਰੀ ਜਿਹੜਾ ਉੱਥੇ ਗਾਜਰ ਪੱਟੀ ਜਾਂਦਾ ਉਹ ਕੌਣ ਹੈਗਾ ਉਹ ਮੇਰਾ ਵੱਡਾ ਭਾਈ ਮੇਰਾ ਕੀ ਲੱਗਿਆ ਫਿਰ ਬਥੇਰੇ ਮੈਂ ਸੁੱਬ ਵੱਟੇ ਨੇ ਲੈ ਮੈਨੂੰ ਲਿਆ ਕੇ ਦੇ ਪੱਛਮ ਦਾ ਗੋਲਾ ਲੈ ਕੇ ਅੰਗੂਠੇ ਚ ਨਾ ਹੁਣ ਬਣਾ ਦੂੰਗਾ ਰੀਲ ਇੱਕ ਮਿੰਟ ਚ ਹਰਮਨ ਦੇ ਮਾਸੜ ਕੋਲੇ ਕੁਛ ਨੀ ਹੋਣਾ ਕੱਲਾ ਰੀਲਾ ਰੀਲਾ ਬਣਾਉਂਦਾ ਹੋਊਗਾ ਉਹ ਆਪਾਂ ਨਾਲੇ ਤਾਂ ਨਵਾਂ ਸਾਈਕਲ ਲਿਆਂਦਾ ਹੀਰੋ ਹੈ ਨਾਲੇ ਆਪਾਂ ਲਿਆਂਦਾ ਰੇੜੂਆ ਨਾਲੇ ਆਪਾਂ ਲਿਆਵਾਂਗੇ ਹੁਣ ਟੈਲੀਵਿਜ਼ਨ ਆਪਾਂ ਤੇ ਚੰਦਰਕਾਂਤ ਤਾਂ ਦੇਖਿਆ ਕਰਾਂਗੇ ਹੈ ਦਿਨ ਦੀ ਲੋਹੇ ਦੀ ਪੈਸੇ ਲਾਈ ਇਹਨਾਂ ਕੋਈ ਨਵੀਂ ਮਾਸੀ ਵੀ ਲਿਆ ਆ ਜਾ ਇੱਚੋ ਦਾ ਚੰਬੜਿਆ ਹੋਇਆ ਜਾ ਪਾਜਾ ਚੌਲ ਚੂਲ ਖਾ ਲਾ ਉੱਥੇ ਜਾ ਕੇ ਬਣਾਈ ਜਾਂਦੀ ਤੇਰੀ ਮਾਸੀ ਬਹੁਤ ਚਲਾ ਕੇ ਨੱਚ ਗੱਲ ਜਵਾਕ ਯਾਰ ਮੈਂ ਚੰਗਾ ਰਿਹਾ ਹੁਣ ਪਵਾਲੀ ਛਾਪ ਜਵਾਕ ਤੋਂ ਧਰਮਰਾਜ ਕਰਾਉਂਦੀ ਸਾਰਾ ਕੁਛ ਜਦੋਂ ਮੇਰੇ ਚ ਧਰਮਰਾਜ ਆਉਂਦਾ ਸੀ ਮੇਰੇ ਬਸ ਦੀ ਗੱਲ ਨੀ ਹੈਗੀ ਮੈਂ ਕੀ ਕਰਾਂ ਕਿੱਧਰ ਜਾਵਾਂ ਮੈਂ ਸਿਆਏ ਗਏ ਤੇ ਤੂੰ ਸੰਗ ਕਰ ਲਿਆ ਕਰੋ ਆਜਾ ਆਜਾ ਭਾਈ ਕਮਲ ਆਜਾ ਆ ਦੇਖ ਲੈ ਤੇਰੀ ਭੈਣ ਨੰਗੇ ਸਿਰ ਤੁਰੀ ਫਿਰਦੀ ਆ ਹੈ ਮੈਂ ਇਹਨੂੰ ਕਿੰਨੇ ਵਾਰ ਸਮਝਾਇਆ ਵੀ ਘੁੰਡ ਘੰਡ ਕੱਢ ਕੇ ਰੱਖਿਆ ਕਰ ਹੈ ਸਿਰ ਤੇ ਚੁੰਨੀ ਲੈ ਲਿਆ ਕਰ ਸਿਆਣੀ ਬਣ ਕੇ ਰਿਹਾ ਕਰ ਆਪਣੇ ਆਸ ਗਵੰਢ ਕੀ ਕਹੂਗਾ ਮੈਂ ਤਾਂ ਬਹੁਤ ਸਮਝਾਉਣਾ ਇਹਨੂੰ ਆਹ ਤੱਤਾ ਪਾਣੀ ਧਰ ਦੀ ਭਾਈ ਮੈਂ ਤੇਰੇ ਵਾਸਤੇ ਵੀ ਤੁਸੀਂ ਸ਼ਹਿਰ ਵਾਲੀ ਡੇਲੀ ਨਹਾਉਂਦੇ ਨਹਾਉਂਦੇ ਹੋਵੋਗੇ ਨਾਲੇ ਮੈਂ ਤਾਂ ਸ਼ੀਸ਼ੇ ਵਾਲੀ ਸਾਬਣ ਰੱਖ ਕੇ ਆਇਆ ਨਵੀਂ ਲਿਆਇਆ ਦੀ ਰਾਜੂ ਬਣੀ ਦਿਓ ਹੈ ਕਮਲ ਹਾਂ ਆ ਗੱਲ ਸੁਣ ਮੇਰੀ ਤੈਨੂੰ ਕੋਈ ਲੋੜ ਨਹੀਂ ਇਹਦੇ ਜਿੱਤੇ ਪਾਣੀ ਨਾਲ ਨਹਾਉਣ ਦੀ ਤੈਨੂੰ ਪਾਣੀ ਮੈਂ ਪਾ ਕੇ ਦਊਂ ਆ ਚਾਹ ਬਣ ਜਾਂਦੇ ਮਾੜੀ ਜੀ ਕੀ ਹੋ ਗਿਆ ਅਗਲਾ ਸਹੀ ਬੋਲਦਾ ਤੈਨੂੰ ਹੈ ਸਿਰ ਤੇ ਚੁੰਨੀ ਰੱਖਣ ਬਾਰੇ ਬੋਲਦਾ ਨਾ ਆਂਡ ਗਵਾਂਡ ਚ ਲੋਕੀ ਦੇਖਣਗੇ ਕਹਿਣਗੇ ਸਾਡੀ ਨੂੰਹ ਕਿੰਨੀ ਵਧੀਆ ਹੈਗੀ ਆ ਅੱਛਾ ਆ ਗਈ ਤੂੰ ਉਹਦੀ ਗੱਲਾਂ ਚ ਕਿਤੇ ਤੂੰ ਮੇਰੀ ਜਠਾਣੀ ਬਣਨ ਨੂੰ ਤਾਂ ਨੀ ਫਿਰਦੀ ਕਿਤੇ 3 ਕਿੱਲਿਆਂ ਦਾ ਲਾਲਚ ਤਾਂ ਨੀ ਦਿੱਤਾ ਜ਼ਮੀਨ ਤਾਂ ਨੀ ਵੰਡਾਉਣੀ ਮੇਰੇ ਨਾਲ ਓ ਹੈਲੋ ਜੇ ਮੈਂ ਵਿਆਹ ਹੀ ਕਰਾਉਣਾ ਨਾ ਲੁਧਿਆਣੇ ਕਰਾਉਂਗੀ ਜਾ ਕੇ ਠੀਕ ਆ ਬਥੇਰੇ ਆ ਉੱਥੇ ਨਾਲੇ ਅੱਗ ਲੱਗੇ ਹਜੇ ਤੇਰੇ ਜੇਠ ਨੂੰ ਤੇ ਉਹਦੀ ਜ਼ਮੀਨ ਨੂੰ ਅੰਨਾ ਲਾ ਭਾਈ ਕੰਮ ਲਾ ਜਾ ਪਾਤਾ ਗਰਮ ਪਾਣੀ ਮੈਂ ਆ ਜਾ ਸੁਣ ਲਿਆ ਭਾਈ ਤਾਂ ਸਾਰਾ ਕੁਛ ਹੈ ਆ ਦੇਖ ਲੈ ਤੇਰੀ ਭੈਣ ਕੀ ਬੋਲਦੀ ਤੈਨੂੰ ਹੈ ਵੀ ਤੇ ਯਕੀਨ ਨਾ ਕਰੀ ਮੈਂ ਭਾਈ ਸਿਆਣਾ ਬੰਦਾ ਸਿਆਣੀ ਗੱਲਾਂ ਕਰੂੰਗਾ ਹੈ ਇਹ ਤਾਂ ਕੰਜਰ ਦੇ ਦੋਏ ਬਹੁਤ ਹਰਾਮੀ ਨੇ ਆ ਤੁਹਾਡੇ ਲਈ ਤਾਂ ਆਪ ਬਹੁਤ ਹੋ ਗਈ ਹੁਣ ਹੈ ਇਹ ਤਾਂ ਚਾਹੁੰਦੀ ਨਹੀਂ ਹੈਗੇ ਵੀ ਮੇਰਾ ਘਰ ਵਸੇ ਹੈ ਇਹ ਤਾਂ ਐਂ ਚਾਹੁੰਦੇ ਨੇ ਬਿਜਲੀ ਦੇ ਇਹਦੇ ਹਿੱਸੇ ਦੇ 3 ਕਿੱਲੇ ਜ਼ਮੀਨ ਆਉਂਦੇ ਨੇ ਉਹ ਵੀ ਮੇਰੇ ਜਵਾਕ ਵਾਸਤੇ ਰਹਿ ਜਾਣਾ ਤਾਂ ਹੀ ਤਾਂ ਮੇਰਾ ਰਿਸ਼ਤਾ ਨਹੀਂ ਕਰਾ ਕੇ ਦਿੰਦੇ ਕਿਤੇ ਨਾ ਕਿਤੇ ਹੈ
हम देख ला तेन मेरे ना बदनाम करता कि नहीं करता इन्होंने है कहती सी ना कहती तू मेरी जठानी बनना जे हूँ ये कहें भाई इन्हों बन के दिखा दे है हूँ तू दस मैनू भी तू मेरे घर वाली बनेगी भाई तू मेरे जवाकों की माँ बनेगी जम जमेगी मेरे जवाक हूँ तो ये गल मैं तेनू नैक्सट एपीसोड दसूँ।